ਫੋਨ ਕਰ ਦੋ ਯਾਰੋ। NNR ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡਾ ਆਪਣਾ ਸੁਸ਼ੀਲ ਤਿੰਗੜਾ। ਜਿਸ ਜਗ੍ਹਾ 'ਤੇ ਅਸੀਂ ਖੜ੍ਹੇ ਹਾਂ, ਇੱਥੇ ਦਿੱਲੀ ਤੋਂ ਇੱਕ ਨੋਵਾ ਕਾਰ ਆ ਰਹੀ ਸੀ ਜੋ ਕਿ ਪੈਟਰੋਲ ਪੰਪ ਦੇ ਆ ਕੇ ਅੱਗੇ ਖੜ੍ਹੀ ਹੋਈ। ਉਸ ਨੂੰ ਸਪਾਰਿੰਕ ਦੇ ਨਾਲ ਉਸ ਨੂੰ ਅੱਗ ਲੱਗ ਗਈ। ਅੱਗ ਦੇ ਨਾਲ ਨੋਵਾ ਗੱਡੀ ਜਿਹੜੀ ਪੂਰੀ ਤਰ੍ਹਾਂ ਸਵਾਹ ਹੋ ਜਾਂਦੀ ਹੈ। ਬਹੁਤ ਵੱਡੀ ਗੱਲ ਇਹ ਰਹੀ ਹੈ ਕਿ ਕਾਰ ਦੇ ਵਿੱਚ ਸਵਾਰ ਸਾਰੇ ਜਿਹੜੇ ਸਵਾਰੀਆਂ ਜਿਹੜੀਆਂ ਬਾਲ ਬਚ ਜਾਂਦੀਆਂ ਹਨ। ਜਿਹੜੀ ਅੱਗ ਲੱਗੀ ਹੈ, ਸਵੇਰੇ ਕਿਹਾ ਜਾਂਦਾ ਹੈ ਕਿ 7:10 'ਤੇ ਅੱਗ ਲੱਗੀ ਆ। 7:10 'ਤੇ ਅੱਗ ਲੱਗੀ ਆ। ਨੋਵਾ ਗੱਡੀ ਦਾ ਨੰਬਰ ਹੈ ਜੀ PB08D3400, ਜਿਹਨੂੰ ਇੱਥੇ ਅੱਗ ਲੱਗ ਜਾਂਦੀ ਹੈ। ਅੱਗ ਲੱਗ ਕੇ ਪੂਰੀ ਗੱਡੀ ਸਵਾਹ ਹੋ ਜਾਂਦੀ ਹੈ, ਸਵਾਰੀਆਂ ਬਾਲ ਬਚ ਜਾਂਦੀਆਂ ਹਨ। ਮੌਕੇ 'ਤੇ ਫਾਇਰ ਬ੍ਰਿਗੇਡ ਆ ਕੇ ਇੱਥੇ ਜੋ ਹੈ ਗੱਡੀ ਦੀ ਅੱਗ ਨੂੰ ਬੁਝਾਉਂਦੀ ਹੈ। ਸਾਡੇ ਨਾਲ ਚਸ਼ਮਦੀਦ ਗਵਾਹ ਨੇ ਕਿਸ਼ਨ ਕੁਮਾਰ ਜੀ। ਕਿਸ਼ਨ ਜੀ, ਜੋ ਦੱਸਣਗੇ ਇੱਥੇ ਸਵੇਰੇ ਜੋ ਗੱਡੀ ਨੋਵਾ ਨੂੰ ਅੱਗ ਲੱਗੀ ਆ, ਇਹਨਾਂ ਨੇ ਕੀ ਦੇਖਿਆ ਜੀ ਤੁਸੀਂ ਇੱਥੇ? ਅਸੀਂ 7 ਆਏ ਥੇ ਇੱਥੇ, 7:10 ਗੱਡੀ ਦੀ ਅੱਗ ਲੱਗੀ, ਫਿਰ ਮਸ਼ੀਨ ਆਈ, ਉਸਨੇ ਅੱਗ ਬੁਝਾਈ ਹੈ। ਫਾਇਰ ਬ੍ਰਿਗੇਡ ਜਿਹੜੀ ਆਈ ਉਹ ਕਿੰਨੀ ਦੇਰ ਬਾਅਦ ਆ ਗਈ ਸੀ? 20 ਮਿੰਟ ਬਾਅਦ ਆ ਗਈ ਹੈ। 20 ਮਿੰਟ ਆ ਗਈ, 20 ਮਿੰਟ ਬਾਅਦ ਫਾਇਰ ਬ੍ਰਿਗੇਡ ਆ ਚੁੱਕੀ ਸੀਗੀ। ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ਬੁਝਾ ਦਿੱਤੀ। ਅਤੇ ਜਿਹੜੀਆਂ ਵਿੱਚ ਸਵਾਰੀਆਂ ਸੀ ਉਹ ਉਹਨਾਂ ਤਾਂ ਨਹੀਂ ਕੁਛ? ਨਹੀਂ, ਸਭ ਸਵਾਰੀਆਂ ਸੇਫ ਹੈ ਸਾਰੇ। ਸੁਸ਼ੀਲ ਤਿੰਗੜਾ ਦੇ ਨਾਲ ਕੈਮਰਾਮੈਨ ਸੁਮਿਤ ਤਿੰਗੜਾ, NNR ਨਿਊਜ਼ ਨਕੋਦਰ। ਅੱਜ ਸਵੇਰੇ 7:00 ਦੀ ਗੱਲ ਹੈ, 7:10 ਦੀ, ਇੱਕ ਇਨੋਵਾ ਗੱਡੀ ਜਿਹਦਾ ਨੰਬਰ PB08D S3400 ਹੈ, ਉਹ ਇੱਥੇ ਭਾਰਤ ਪੈਟਰੋਲ ਪੰਪ ਹੈ ਸਾਡੇ ਬਾਈਪਾਸ ਦੇ ਨੇੜੇ, ਉੱਥੇ ਸਬਵੇ ਦੇ ਸਾਹਮਣੇ, ਉੱਥੇ ਉਹਦੇ ਡੈਸ਼ਬੋਰਡ ਦੇ ਵਿੱਚ ਕੋਈ ਸਪਾਰਕਿੰਗ ਹੋਈ ਹੈ ਅਤੇ ਉਹਨੂੰ ਅੱਗ ਲੱਗ ਗਈ ਹੈ, ਜਿਹਦੇ ਵਿੱਚ ਕਿ 2 ਬੰਦੇ ਸੀਗੇ, ਇੱਕ ਡਰਾਈਵਰ ਸੀਗਾ ਅਤੇ ਇੱਕ ਵਿਦੇਸ਼ ਤੋਂ ਆ ਰਿਹਾ ਸੀ ਮੁੰਡਾ, ਉਹ ਸੀਗੇ। ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਅਤੇ ਉੱਦਾਂ ਫਾਇਰ ਬ੍ਰਿਗੇਡ ਨੂੰ ਮੌਕੇ 'ਤੇ ਬੁਲਾ ਲਿਆ ਗਿਆ ਸੀ, ਅੱਗ ਬੁਝਾਈ ਗਈ, ਲੇਕਿਨ ਗੱਡੀ ਪੂਰੀ ਖਤਮ ਹੋ ਗਈ ਹੈ। ਸਰ, ਗੱਡੀ ਨੰਬਰ ਕਿੰਨਾ ਜੀ? ਗੱਡੀ ਨੰਬਰ PB08D S3400। ਇਹ ਮਲਸੀਆਂ ਜਾ ਰਹੇ ਸੀਗੇ ਅਤੇ ਮੁੰਡਾ ਬਾਹਰੋਂ ਆਇਆ ਸੀ ਕੈਨੇਡਾ ਤੋਂ। ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਸਪਾਰਕਿੰਗ ਕੋਜ਼ ਆਫ ਜੋ ਜਲਨ ਦਾ ਕਾਰਨ ਹੈ, ਉਹ ਡੈਸ਼ਬੋਰਡ ਦੇ ਵਿੱਚ ਸਪਾਰਕਿੰਗ ਹੋ ਗਈ ਹੈ ਤਾਰਾਂ ਦੇ ਵਿੱਚ, ਉਹਦੇ ਕਰਕੇ ਗੱਡੀ 'ਚ ਅੱਗ ਲੱਗ ਗਈ। ਜਾਨੀ ਮਾਲੀ ਨੁਕਸਾਨ? ਬਿਲਕੁਲ ਨਹੀਂ ਜੀ, ਜਿੱਦਾਂ ਹੀ ਉਹਦੇ 'ਚ ਸਪਾਰਕਿੰਗ ਹੋਈ ਅਤੇ ਉਹਨਾਂ ਨੇ ਦੇਖ ਚੈੱਕ ਕੀਤਾ ਕਿ ਇਹਦੇ 'ਚ ਕੁਛ ਧੂੰਆਂ ਜਿਹਾ ਨਿਕਲ ਰਿਹਾ, ਉਹ ਬਾਹਰ ਆ ਗਏ, ਤਾਂ ਉਹਨੂੰ ਗੱਡੀ ਨੇ ਅੱਗ ਫੜ ਲਈ। ਗੱਡੀ ਦੀ ਕੰਡੀਸ਼ਨ ਜੀ? ਗੱਡੀ 'ਤੇ ਟੋਟਲ ਲੋਸ ਹੋ ਗਈ ਹੈ ਅਤੇ ਨਾਲ ਦੇ ਨਾਲ ਹੀ ਉਹਨੇ ਅੱਗ ਫੜ ਲਈ ਸੀ ਕਾਫੀ ਜ਼ਿਆਦਾ। ਸਰ, ਗੱਡੀ ਕਿੰਨਾ ਦੇ ਨਾਮ 'ਤੇ? ਗੱਡੀ ਦੇ ਮਾਲਿਕ ਹੈਗੇ ਨੇ ਤਰਲੋਚਨ ਸਿੰਘ, ਸਨ ਆਫ ਸ਼ਿੰਗਾਰਾ ਸਿੰਘ, ਅਤੇ ਜਿਹੜਾ ਡਰਾਈਵਰ ਚਲਾ ਕੇ ਲਿਆ ਰਹੇ ਸੀ।